ਡੀਜੀਪੀ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ 12 ਘੰਟੇ ਦੇ ਅੰਦਰ ਅੰਦਰ ਦੋ ਵੱਡੇ ਇੰਸੀਡੈਂਟ ਨੂੰ ਕੀਤਾ। ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਚ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਕਿ ਇਹ ਕੌਣ ਨੇ, ਕਿਸ ਤਰ੍ਹਾਂ ਦੀ ਬਦਮਾਸ਼ੀ ਤਾਂ ਕੀਤੀ ਇਹਨਾਂ ਨੇ, ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵੀ ਆਏ ਸੀ। ਇਹ ਐਕਚੁਅਲ 'ਚ ਜੇ ਆਪਾਂ ਗੱਲ ਕਰੀਏ ਤਾਂ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਇਹਨਾਂ ਦਾ ਮੋਟਿਵ ਕੀ ਸੀਗਾ। ਜੋ ਦੋ ਵਾਰਦਾਤਾਂ ਕਰਕੇ ਅੱਗੇ ਰੈਕਲੈਸਲੀ ਇਹ ਕਰ ਰਹੇ ਸੀਗੇ, ਤਾਂ ਹੋ ਸਕਦਾ ਇਹਨਾਂ ਦਾ ਕੋਈ ਜਿਹੜਾ ਜ਼ਿਆਦਾ ਵੱਡਾ ਮੋਟਿਵ ਹੋਵੇ ਜਾਂ ਕੋਈ ਹੋਰ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੋਵੇ। ਇਸ ਪੂਰੇ ਆਪਰੇਸ਼ਨ ਨੂੰ ਸਰ ਲੀਡ ਕੌਣ ਕਰ ਰਿਹਾ ਸੀਗਾ, ਜੇਕਰ ਕੋਈ ਦੋ ਵੱਡਾ ਵਾਰਦਾਤ ਹੋਈ ਸੀ ਤੁਸੀਂ ਸਾਰੇ ਲੀਡ ਕਰ ਰਹੇ ਸੀਗੇ, ਡੀਐਸਪੀ ਸਾਹਿਬ ਸਾਰੇ ਕੌਣ ਲੀਡ ਕਰ ਰਿਹਾ ਸੀਗਾ? ਪ੍ਰੈਜੈਂਟਲੀ ਜਿਹੜੇ ਡੀਐਸਪੀ ਸਾਡੇ ਰਾਜਪੁਰਾ ਨੇ ਵਿਕਰਮ ਬਰਾੜ, ਇਹ ਸਾਰੀਆਂ ਟੀਮਸ ਨੂੰ ਇਹ ਗਾਈਡ ਕਰ ਰਹੇ ਸੀ। ਸਰ ਹੁਣ ਤੱਕ ਦੀ ਇਨੀਸ਼ਲੀ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਪੂਰਾ ਲਗਾਤਾਰ ਤੁਸੀਂ ਲੱਗੇ ਹੋਏ ਸੀਗੇ, ਅਤੇ ਇਨੀਸ਼ਲੀ ਇਹਦੇ ਵਿੱਚ ਆਇਆ ਸਾਹਮਣੇ ਇਹਨਾਂ ਦੀ ਪ੍ਰੋਫਾਈਲ ਕੀ ਹੈ? ਜਿਹੜਾ ਦੀਪਕ ਦੀ ਅਸੀਂ ਗੱਲ ਕਰ ਲਈਏ, ਰਮਨਦੀਪ ਦੀ ਗੱਲ ਕਰ ਲਈਏ, ਤੁਸੀਂ ਕਿਹਾ ਜਲੰਧਰ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ, ਇੱਥੇ ਕੀ ਕਰਨ ਆਏ? ਬਠਿੰਡਾ, ਜਲੰਧਰ ਅਤੇ ਬਠਿੰਡਾ ਇੱਥੇ ਜੀ ਇਹਨਾਂ ਨੂੰ ਕੁਐਸਚਨਿੰਗ ਕਰਾਂਗੇ ਫਿਰ ਹੀ ਕਲੀਅਰ ਹੋ ਪਾਏਗਾ ਵੀ ਇਹਨਾਂ ਦਾ ਕੀ ਮੋਟਿਵ ਸੀਗਾ, ਕਿੱਥੇ ਇਹਨਾਂ ਦਾ ਰੂਟ ਸੀਗੀ, ਪਟਿਆਲਾ 'ਚ ਦੋ ਵਾਰਦਾਤ ਕੀਤੀਆਂ, ਅੱਗੇ ਫਰਦਰ ਇਹਨਾਂ ਨੇ ਕਿੱਥੇ ਜਾਣਾ ਸੀ ਜਾਂ ਕੀ ਕਰਨਾ ਸੀਗਾ। ਅਤੇ ਸਰ ਹੁਣ ਤੱਕ ਦੀ ਜਾਣਕਾਰੀ ਕਿੰਨੇ ਕ੍ਰੋਸ ਫਾਇਰ ਹੋਏ ਹੁਣ ਤੱਕ ਦੇ ਆਪਾਂ ਗੱਲ ਕਰੀਏ, ਉਹਨਾਂ ਵੱਲੋਂ ਕਿੰਨੇ ਹੋਏ ਅਤੇ ਪੁਲਿਸ ਵੱਲੋਂ ਜਿਹੜੇ ਜਵਾਬੀ? ਐਗਜੈਕਟ ਨੰਬਰ ਐਕਚੁਅਲੀ FSL ਟੀਮ ਸਾਡੀ ਆ ਰਹੀ ਹੈ, ਕ੍ਰਾਈਮ ਸੀਨ ਪ੍ਰਜ਼ਰਵ ਕਰਵਾਇਆ, ਉਹ ਐਵੀਡੈਂਸ ਕਲੈਕਟ ਕਰਨਗੇ ਇੱਥੋਂ, ਅਕੋਰਡਿੰਗਲੀ ਪਤਾ ਲੱਗੇਗਾ। ਪਰ ਪ੍ਰਾਈਮਾ ਫਸਾਈ ਇਹ ਹੈ ਕਿ 4-5 ਫਾਇਰ ਉਹਨਾਂ ਨੇ ਕੀਤੇ ਆ ਅਤੇ 3 ਫਾਇਰ ਜਿਹੜੇ ਪੁਲਿਸ ਪਾਰਟੀ ਕੋਲ ਹੋਏ। ਠੀਕ ਹੈ, ਕੋਈ ਨਸ਼ੇ 'ਚ ਸੀਗੇ ਰਾਤ ਨੂੰ ਜਿਹੜਾ ਕੁਝ ਹਜੇ ਤੱਕ ਇਨੀਸ਼ੀਅਲੀ ਕੁਝ ਪਤਾ ਲੱਗਾ? ਮੈਡੀਕਲ ਜਿਹੜੀ ਰਿਪੋਰਟ ਆ ਜਾਂ ਜਦੋਂ ਮੈਡੀਕਲ ਇਹਨਾਂ ਦਾ ਕਰਾਵਾਂਗੇ, ਦੈਟ ਕੈਨ ਬੈਟਰ ਟੈਲ ਕੀ ਇਹਨਾਂ ਦੇ ਕੀ। ਇਹਨਾਂ ਨੇ ਸਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦ ਪੁਲਿਸ ਨੇ ਇਹਨਾਂ ਨੂੰ ਸਰੈਂਡਰ, ਕਿਉਂਕਿ ਦੇਖਿਆ ਪੁਲਿਸ ਦੀ ਗੱਡੀ 'ਤੇ ਵੀ ਫਾਇਰ ਹੋਇਆ? ਯੈਸ ਇਹ ਐਕਚੁਅਲੀ ਦੋਨੋਂ ਜਿਹੜਾ ਰਮਨਦੀਪ ਉਹ ਗੱਡੀ ਚਲਾ ਰਿਹਾ ਸੀਗਾ, ਲੈਫਟ ਸਾਈਡ 'ਤੇ ਦੀਪਕ ਸੀਗਾ, ਦੀਪਕ ਲੈਫਟ ਸਾਈਡ ਨੂੰ ਉਤਰ ਕੇ ਗਿਆ ਹੈਗਾ ਉਸ ਸਾਈਡ ਨੂੰ, ਉੱਥੋਂ ਹੀ ਉਹਨੇ ਬੇਸਿਕਲੀ ਭੱਜਣ ਦੀ ਕੋਸ਼ਿਸ਼ ਕੀਤੀ ਆ ਫਾਇਰ ਕਰਕੇ। ਠੀਕ ਹੈ, ਜਿਹੜਾ ਦੂਸਰਾ ਕਿ ਉਸਦਾ ਡਰਾਈਵਰ ਸੀ ਜੋ ਰਮਨਦੀਪ, ਉਹਨੂੰ ਜਦੋਂ ਉਤਰ ਕੇ ਭੱਜਣ ਲੱਗਿਆ ਉਹਦਾ ਵੈਪਨ ਜਿਹੜਾ ਉੱਥੇ, ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਪਿੱਛੇ ਵੀ ਆ ਰਹੀ ਸੀ ਅਤੇ ਅੱਗੇ ਵੀ ਪੁਲਿਸ ਪਾਰਟੀ ਸੀ, ਤਾਂ ਉਹਨੂੰ ਰਿਸਪੋਂਡ ਨਹੀਂ ਕਰਨ ਦਿੱਤਾ ਗਿਆ, ਉਹਨੂੰ ਇਮੀਡੀਏਟਲੀ ਅਰੈਸਟ ਕਰ ਲਿਆ, ਅਦਰਵਾਈਜ਼ ਉਹਨੇ ਵੀ ਫਾਇਰ ਕਰਨਾ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਆਇਆ ਹੋਵੇ ਕਿ ਕੋਈ ਲੋਕਲ ਇਨਵੋਲਵਮੈਂਟ ਉਹਨਾਂ ਦੇ ਨਾਲ ਜਾਂ ਕੋਈ ਲੋਕਲ ਮਿਲਿਆ ਹੋਇਆ ਹੁਣ ਤੱਕ ਦੀ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਆਇਆ ਹੋਵੇ? ਇਹ ਡਿਊਰਿੰਗ ਇਨਵੈਸਟੀਗੇਸ਼ਨ, ਡਿਊਰਿੰਗ ਇੰਟਰੋਗੇਸ਼ਨ, ਕੁਐਸਚਨਿੰਗ ਉਹਦੀ ਕਲੀਅਰ ਹੋ ਪਾਏਗੀ। ਤਾਂ ਕੋਈ ਰਿਕਵਰੀ ਹੋਰ ਵੀ ਹੋਈ ਹੈ ਗੱਡੀ 'ਚ? ਕੁਝ ਹੋਰ ਦੋ ਰਿਵੋਲਵਰ ਤੁਸੀਂ ਕਿਹਾ ਕਿ ਦੋ ਪਿਸਟਲ ਵਗੈਰਾ ਰਿਕਵਰ, ਇੱਕ ਕਾਰ ਰਿਕਵਰ ਹੋਈ ਹੈ, ਦੋ ਵੈਪਨ ਰਿਕਵਰ ਹੋਏ ਆ, ਉਸ ਤੋਂ ਇਲਾਵਾ ਜੋ ਫਰਦਰ ਰਿਕਵਰੀ ਹੋਏਗੀ ਉਹਦੇ ਤੋਂ ਰਿਗਾਰਡਿੰਗ ਤੁਹਾਨੂੰ ਅਪਡੇਟ ਕਰ ਦਾਂਗੇ। ਠੀਕ ਹੈ, ਤਾਂ ਬਿਲਕੁਲ ਸੀਨੀਅਰ ਅਫਸਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਗੌਰਵ ਇਹਦੇ ਵਿੱਚ ਬਹੁਤ ਅਹਿਮ ਹੈ, ਦੋ ਤਿੰਨ ਚੀਜ਼ਾਂ ਇਸ ਕਰਕੇ ਅਹਿਮ ਹੈ ਕਿ ਇਹਨਾਂ ਨੇ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ, ਰਾਤ ਕੋ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ, ਪਹਿਲੀ ਵਾਰਦਾਤ ਟੋਲ ਪਲਾਜ਼ਾ 'ਤੇ, ਦੂਜੀ ਵਾਰਦਾਤ ਠੇਕੇ ਦੇ ਜਿਹੜੇ ਕਰਿੰਦੇ 'ਤੇ ਗੋਲੀ ਵੱਜੀ ਹੈ, ਜਿਹੜਾ ਦੱਸਿਆ ਕਿ ਉਹਦੇ 'ਤੇ ਸ਼ੋਲਡਰ 'ਤੇ ਉਹਦੇ ਗੋਲੀ ਵੱਜੀ ਹੈ, ਔਰ ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਹੋ ਗਏ, ਔਰ ਇਸੇ ਪਿਸਟਲ 'ਤੇ ਉਹਨਾਂ ਨੇ ਰਾਤ ਕੋ ਫਾਇਰਿੰਗ ਕੀਤੀ ਹੈ, ਟੋਲ ਪਲਾਜ਼ਾ 'ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ, ਔਰ ਟੋਲ ਪਲਾਜ਼ਾ 'ਤੇ ਫਾਇਰਿੰਗ ਕਰਨ ਤੋਂ ਬਾਅਦ ਉਹਨਾਂ ਵੱਲੋਂ ਉੱਥੇ ਭੱਜ ਕੇ, ਜਿਹੜਾ ਉੱਥੇ ਭੱਜ ਕੇ ਉਹਨਾਂ ਨੇ ਪਹਿਲਾਂ ਠੇਕੇ 'ਤੇ, ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਭੱਜ ਕੇ ਇਸੀ ਗੱਡੀ 'ਤੇ, ਇਹ ਤਸਵੀਰਾਂ ਤੁਸੀਂ ਦੇਖ ਲਓ ਇੱਕ ਵਾਰੀ ਗੌਰਵ, ਕਿ ਇਸੀ ਗੱਡੀ 'ਤੇ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਡੀਜੀਪੀ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ 12 ਘੰਟੇ ਦੇ ਅੰਦਰ ਅੰਦਰ ਦੋ ਵੱਡੇ ਇੰਸੀਡੈਂਟ ਨੂੰ ਕੀਤਾ। ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ 'ਚ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਚੀਜ਼ਾਂ ਸਾਹਮਣੇ ਆਈਆਂ ਕਿ ਇਹ ਕੌਣ ਨੇ, ਕਿਸ ਤਰ੍ਹਾਂ ਦੀ ਬਦਮਾਸ਼ੀ ਤਾਂ ਕੀਤੀ ਇਹਨਾਂ ਨੇ, ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵੀ ਆਏ ਸੀ? ਇਹ ਐਕਚੁਅਲ 'ਚ ਜੇ ਆਪਾਂ ਗੱਲ ਕਰੀਏ ਤਾਂ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਇਹਨਾਂ ਦਾ ਮੋਟਿਵ ਕੀ ਸੀਗਾ। ਜੋ ਦੋ ਵਾਰਦਾਤਾਂ ਕਰਕੇ ਅੱਗੇ ਰੈਕਲੈਸਲੀ ਇਹ ਕਰ ਰਹੇ ਸੀਗੇ, ਤਾਂ ਹੋ ਸਕਦਾ ਇਹਨਾਂ ਦਾ ਕੋਈ ਜਿਹੜਾ ਜ਼ਿਆਦਾ ਵੱਡਾ ਮੋਟਿਵ ਹੋਵੇ ਜਾਂ ਕੋਈ ਹੋਰ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੋਵੇ। ਇਸ ਪੂਰੇ ਆਪਰੇਸ਼ਨ ਨੂੰ ਸਰ ਲੀਡ ਕੌਣ ਕਰ ਰਿਹਾ ਸੀਗਾ, ਜੇਕਰ ਕੋਈ ਦੋ ਵੱਡਾ ਵਾਰਦਾਤ ਹੋਈ ਸੀ ਤੁਸੀਂ ਸਾਰੇ ਲੀਡ ਕਰ ਰਹੇ ਸੀਗੇ, ਡੀਐਸਪੀ ਸਾਹਿਬ ਸਾਰੇ ਕੌਣ ਲੀਡ ਕਰ ਰਿਹਾ ਸੀਗਾ? ਪ੍ਰੈਜੈਂਟਲੀ ਜਿਹੜੇ ਡੀਐਸਪੀ ਸਾਡੇ ਰਾਜਪੁਰਾ ਨੇ ਵਿਕਰਮ ਬਰਾੜ, ਇਹ ਸਾਰੀਆਂ ਟੀਮਸ ਨੂੰ ਇਹ ਗਾਈਡ ਕਰ ਰਹੇ ਸੀ। ਸਰ ਹੁਣ ਤੱਕ ਦੀ ਇਨੀਸ਼ੀਅਲੀ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਪੂਰਾ ਲਗਾਤਾਰ ਤੁਸੀਂ ਲੱਗੇ ਹੋਏ ਸੀਗੇ, ਅਤੇ ਇਨੀਸ਼ੀਅਲੀ ਇਹਦੇ ਵਿੱਚ ਆਇਆ ਸਾਹਮਣੇ ਇਹਨਾਂ ਦੀ ਪ੍ਰੋਫਾਈਲ ਕੀ ਹੈ? ਜਿਹੜਾ ਦੀਪਕ ਦੀ ਅਸੀਂ ਗੱਲ ਕਰ ਲਈਏ, ਰਮਨਦੀਪ ਦੀ ਗੱਲ ਕਰ ਲਈਏ, ਤੁਸੀਂ ਕਿਹਾ ਜਲੰਧਰ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ, ਇੱਥੇ ਕੀ ਕਰਨ ਆਏ? ਬਠਿੰਡਾ, ਜਲੰਧਰ ਅਤੇ ਬਠਿੰਡਾ।
ਇੱਥੇ ਜੀ ਇਹਨਾਂ ਨੂੰ ਕੁਐਸਚਨਿੰਗ ਕਰਾਂਗੇ ਫਿਰ ਹੀ ਕਲੀਅਰ ਹੋ ਪਾਏਗਾ ਵੀ ਇਹਨਾਂ ਦਾ ਕੀ ਮੋਟਿਵ ਸੀਗਾ, ਕਿੱਥੇ ਇਹਨਾਂ ਦਾ ਰੂਟ ਸੀਗੀ, ਪਟਿਆਲਾ 'ਚ ਦੋ ਵਾਰਦਾਤ ਕੀਤੀਆਂ, ਅੱਗੇ ਫਰਦਰ ਇਹਨਾਂ ਨੇ ਕਿੱਥੇ ਜਾਣਾ ਸੀ ਜਾਂ ਕੀ ਕਰਨਾ ਸੀਗਾ। ਅਤੇ ਸਰ ਹੁਣ ਤੱਕ ਦੀ ਜਾਣਕਾਰੀ ਕਿੰਨੇ ਕ੍ਰੋਸ ਫਾਇਰ ਹੋਏ ਹੁਣ ਤੱਕ ਦੇ ਆਪਾਂ ਗੱਲ ਕਰੀਏ, ਉਹਨਾਂ ਵੱਲੋਂ ਕਿੰਨੇ ਹੋਏ ਅਤੇ ਪੁਲਿਸ ਵੱਲੋਂ ਜਿਹੜੇ ਜਵਾਬੀ? ਐਗਜੈਕਟ ਨੰਬਰ ਐਕਚੁਲੀ ਐਫ ਐਸ ਐਲ ਟੀਮ ਸਾਡੀ ਆ ਰਹੀ ਹੈ, ਕ੍ਰਾਈਮ ਸੀਨ ਪ੍ਰਜ਼ਰਵ ਕਰਵਾਇਆ, ਉਹ ਐਵੀਡੈਂਸ ਕਲੈਕਟ ਕਰਨਗੇ ਇੱਥੋਂ, ਅਕੋਰਡਿੰਗਲੀ ਪਤਾ ਲੱਗੇਗਾ। ਪਰ ਪ੍ਰਾਈਮ ਆਫ ਐਸ ਆਈ ਇਹ ਹੈ ਕਿ 4-5 ਫਾਇਰ ਉਹਨਾਂ ਨੇ ਕੀਤੇ ਆ ਅਤੇ 3 ਫਾਇਰ ਜਿਹੜੇ ਪੁਲਿਸ ਪਾਰਟੀ ਵੱਲੋਂ ਹੋਏ। ਠੀਕ ਹੈ, ਕੋਈ ਨਸ਼ੇ 'ਚ ਸੀਗੇ ਰਾਤ ਨੂੰ ਜਿਹੜਾ ਕੁਛ ਹਜੇ ਤੱਕ ਇਨੀਸ਼ੀਅਲੀ ਕੁਛ ਪਤਾ ਲੱਗ ਪਾਇਆ? ਮੈਡੀਕਲ ਜਿਹੜੀ ਰਿਪੋਰਟ ਆ ਜਾਂ ਜਦੋਂ ਮੈਡੀਕਲ ਇਹਨਾਂ ਦਾ ਕਰਾਵਾਂਗੇ ਦੈਟ ਕੈਨ ਬੈਟਰ ਟੈਲ ਕੀ ਇਹਨਾਂ ਦੇ ਕੀ। ਇਹਨਾਂ ਨੇ ਸਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦ ਪੁਲਿਸ ਨੇ ਇਹਨਾਂ ਨੂੰ ਸਰੈਂਡਰ, ਕਿਉਂਕਿ ਦੇਖਿਆ ਪੁਲਿਸ ਦੀ ਗੱਡੀ 'ਤੇ ਵੀ ਫਾਇਰ ਹੋਇਆ? ਯੈਸ ਯੈਸ ਯੈਸ, ਇਹ ਐਕਚੁਲੀ ਦੋਨੋਂ ਜਿਹੜਾ ਰਮਨਦੀਪ ਆ ਉਹ ਗੱਡੀ ਚਲਾ ਰਿਹਾ ਸੀਗਾ, ਲੈਫਟ ਸਾਈਡ 'ਤੇ ਦੀਪਕ ਸੀਗਾ, ਦੀਪਕ ਲੈਫਟ ਸਾਈਡ ਨੂੰ ਉਤਰ ਕੇ ਗਿਆ ਹੈਗਾ ਉਸ ਸਾਈਡ ਨੂੰ, ਉੱਥੋਂ ਹੀ ਉਹਨੇ ਬੇਸਿਕਲੀ ਭੱਜਣ ਦੀ ਕੋਸ਼ਿਸ਼ ਕੀਤੀ ਆ ਫਾਇਰ ਕਰਕੇ। ਠੀਕ ਹੈ, ਜਿਹੜਾ ਦੂਸਰਾ ਅਕਿਊਜ਼ ਦਾ ਡਰਾਈਵਰ ਸੀ ਜੋ ਰਮਨਦੀਪ, ਉਹਨੂੰ ਜਦੋਂ ਉਤਰ ਕੇ ਭੱਜਣ ਲੱਗਿਆ ਉਹਦਾ ਵੈਪਨ ਜਿਹੜਾ ਉੱਥੇ, ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਪਿੱਛੇ ਵੀ ਆ ਰਹੀ ਸੀ ਅਤੇ ਅੱਗੇ ਵੀ ਪੁਲਿਸ ਪਾਰਟੀ ਸੀ, ਤਾਂ ਉਹਨੂੰ ਰਿਸਪੋਂਡ ਨਹੀਂ ਕਰਨ ਦਿੱਤਾ ਗਿਆ, ਉਹਨੂੰ ਇਮੀਡੀਏਟਲੀ ਅਰੈਸਟ ਕਰ ਲਿਆ, ਅਦਰਵਾਈਜ਼ ਉਹਨੇ ਵੀ ਫਾਇਰ ਕਰਨਾ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਆਇਆ ਹੋਵੇ ਕਿ ਕੋਈ ਲੋਕਲ ਇਨਵੋਲਵਮੈਂਟ ਉਹਨਾਂ ਦੇ ਨਾਲ ਜਾਂ ਕੋਈ ਲੋਕਲ ਮਿਲਿਆ ਹੋਇਆ ਹੁਣ ਤੱਕ ਦੀ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਆਇਆ ਹੋਵੇ? ਇਹ ਡਿਊਰਿੰਗ ਇਨਵੈਸਟੀਗੇਸ਼ਨ, ਡਿਊਰਿੰਗ ਇੰਟਰੋਗੇਸ਼ਨ ਕੁਐਸਚਨਿੰਗ ਉਹਦੀ ਕਲੀਅਰ ਹੋ ਪਾਏ। ਤਾਂ ਕੋਈ ਰਿਕਵਰੀ ਹੋਰ ਵੀ ਹੋਈ ਹੈ ਗੱਡੀ 'ਚ ਕੁਛ ਹੋਰ? ਦੋ ਰਿਵੋਲਵਰ ਤੁਸੀਂ ਕਿਹਾ ਕਿ ਦੋ ਪਿਸਟਲ ਵਗੈਰਾ ਰਿਕਵਰ, ਇੱਕ ਕਾਰ ਰਿਕਵਰ ਹੋਈ ਹੈ, ਦੋ ਵੈਪਨ ਰਿਕਵਰ ਹੋਏ ਆ, ਉਸ ਤੋਂ ਇਲਾਵਾ ਜੋ ਫਰਦਰ ਰਿਕਵਰੀ ਹੋਏਗੀ ਉਹਦੇ ਤੋਂ ਰਿਗਾਰਡਿੰਗ ਤੁਹਾਨੂੰ ਅਪਡੇਟ ਕਰ ਦਾਂਗੇ। ਠੀਕ ਹੈ, ਤਾਂ ਬਿਲਕੁਲ ਸੀਨੀਅਰ ਅਫਸਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਗੌਰਵੀ ਦੇ ਵਿੱਚ ਬਹੁਤ ਅਹਿਮ ਹੈ, ਦੋ ਤਿੰਨ ਚੀਜ਼ਾਂ ਇਸ ਕਰਕੇ ਅਹਿਮ ਹੈ ਕਿ ਇਹਨਾਂ ਨੇ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ, ਰਾਤ ਕੋ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ, ਪਹਿਲੀ ਵਾਰਦਾਤ ਟੋਲ ਪਲਾਜ਼ਾ 'ਤੇ, ਦੂਜੀ ਵਾਰਦਾਤ ਠੇਕੇ ਦੇ ਜਿਹੜੇ ਕਰਿੰਦੇ 'ਤੇ ਗੋਲੀ ਵੱਜੀ ਹੈ, ਜਿਹਦਾ ਦੱਸਿਆ ਕਿ ਉਹਦੇ 'ਤੇ ਸ਼ੋਲਡਰ 'ਤੇ ਉਹਦੇ ਗੋਲੀ ਵੱਜੀ ਹੈ, ਔਰ ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਹੋ ਗਏ, ਔਰ ਇਸੇ ਪਿਸਟਲ 'ਤੇ ਉਹਨਾਂ ਨੇ ਰਾਤ ਕੋ ਫਾਇਰਿੰਗ ਕੀਤੀ ਹੈ, ਟੋਲ ਪਲਾਜ਼ਾ 'ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ, ਔਰ ਟੋਲ ਪਲਾਜ਼ਾ 'ਤੇ ਫਾਇਰਿੰਗ ਕਰਨ ਤੋਂ ਬਾਅਦ ਉਹਨਾਂ ਵੱਲੋਂ ਉੱਥੇ ਭੱਜ ਕੇ ਜਿਹੜਾ ਉੱਥੇ ਭੱਜ ਕੇ ਉਹਨਾਂ ਨੇ ਪਹਿਲਾਂ ਠੇਕੇ 'ਤੇ, ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਭੱਜ ਕੇ ਇਸੀ ਗੱਡੀ 'ਤੇ, ਇਹ ਤਸਵੀਰਾਂ ਤੁਸੀਂ ਦੇਖ ਲਓ ਇੱਕ ਵਾਰੀ ਗੌਰਵ, ਕਿ ਇਸੀ ਗੱਡੀ 'ਤੇ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।